ਮਨੀ ਐਕਸਚੇਂਜ ਦੀ ਦੁਕਾਨ ਵਿੱਚ ਦਿਨ ਦਿਹਾੜੇ ਲੁੱਟ ਦੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ। ਪੰਜਾਬ ਵਿੱਚ ਦਿਨ ਬ ਦਿਨ ਲੁੱਟ ਦੀਆਂ ਵਾਰਦਾਤਾਂ ਵੱਧ ਰਹੀਆਂ ਹਨ, ਉੱਥੇ ਹੀ ਅੰਮ੍ਰਿਤਸਰ ਇਸ ਤੋਂ ਪਿੱਛੇ ਨਹੀਂ ਹੈ। ਤਾਜ਼ਾ ਮਾਮਲੇ ਤਹਿਤ ਅੰਮ੍ਰਿਤਸਰ ਵਿੱਚ ਹਥਿਆਰਬੰਦ ਤਿੰਨ ਨੌਜਵਾਨਾਂ ਵੱਲੋਂ ਮਨੀ ਐਕਸਚੇਂਜ ਦਫ਼ਤਰ ਵਿੱਚ ਹਜ਼ਾਰਾਂ ਦੀ ਨਕਦੀ ਅਤੇ ਮੋਬਾਈਲ ਬੰਦੂਕ ਦੀ ਨੋਕ ਉੱਤੇ ਖੋਹ ਲਏ। ਇਹ ਸਾਰੀ ਵਾਰਦਾਤ ਉਸ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਪੁਲਿਸ ਵੱਲੋਂ ਮੌਕੇ ਉੱਤੇ ਪਹੁੰਚ ਕੇ ਛਾਣਬੀਣ ਕੀਤੀ ਗਈ। ਨੌਜਵਾਨਾਂ ਨੇ ਮਨੀ ਐਕਸਚੇਂਜ ਤੋਂ ਸਨੈਚਿੰਗ ਕੀਤੀ ਹੈ, ਜਿਸ ਦੇ ਬਾਰੇ ਅਸੀਂ ਇੱਥੇ ਤਸਦੀਕ ਲਈ ਆਏ ਹਾਂ। ਸਾਨੂੰ ਕਾਫੀ ਅਹਿਮ ਸਬੂਤ ਮਿਲੇ ਆ ਔਰ ਅਸੀਂ ਇਹਨੂੰ ਜਲਦੀ ਤੋਂ ਜਲਦੀ ਟਰੇਸ ਕਰ ਲਾਂਗੇ। ਔਰ ਇਹਦੇ ਵਿੱਚ ਮੈਂ ਮੀਡੀਆ ਨੂੰ ਵੀ ਰਿਕੁਐਸਟ ਕਰੂੰਗਾ ਵੀ ਅਸੀਂ ਉਹਨਾਂ ਨੂੰ ਅਲੱਗ ਤੋਂ ਬੁਲਾ ਕੇ ਕੁਛ ਕਹਾਂਗੇ, ਸਾਡੀ ਇਹ 'ਚ ਵੀ ਤੁਸੀਂ ਵੀ ਹੈਲਪ ਕਰੋ। ਥੈਂਕ ਯੂ। ਹਾਂ, ਉਹ ਤੁਸੀਂ ਵੀ ਦੇਖ ਲਈ ਹੈ, ਤੁਸੀਂ ਵੀ ਸਾਰੀ ਫੁਟੇਜ ਲੈ ਲਈ ਹੈ ਔਰ ਕਾਫੀ ਸਾਨੂੰ ਕਲੈਰਿਟੀ ਹੋ ਗਈ ਹੈ। ਮੋਸਟਲੀ ਇੱਕ ਦੋ ਦਿਨ 'ਚ ਅਸੀਂ ਕਲੀਅਰ ਕਰ ਲਾਂਗੇ।